ਮੈਂ ਬੜਾ ਹੈਰਾਨ ਹਾਂ ਵੀ ਬ੍ਰਿਟਿਸ਼ ਰਾਜ ਦੇ ਵਿੱਚ ਭਾਰਤੀਆਂ ਨੂੰ ਆਪਣੀਆਂ ਹੱਕਾਂ ਜਿਹੜੀਆਂ ਨੇ ਵਾਜਬ ਮੰਗਵਾਉਣ ਵਾਸਤੇ ਰੋਸ ਮੁਜ਼ਾਹਰਿਆਂ ਧਰਨਿਆਂ ਜਾਂ ਰੋਸ ਮਾਰਚਾਂ ਦਾ ਜਿਹੜਾ ਹੈ ਉਹ ਸਹਾਰਾ ਲੈਣਾ ਪੈਂਦਾ ਸੀ। ਪਰ ਇੱਥੇ ਆਜ਼ਾਦ ਭਾਰਤ ਦੇ ਵਿੱਚ, ਜਿਹਨੂੰ ਆਜ਼ਾਦ ਭਾਰਤ ਕਹਿੰਦੇ ਹੈ, ਇੱਥੇ ਵੀ ਜੇ ਲੋਕਾਂ ਨੂੰ, ਖਾਸ ਤੌਰ 'ਤੇ ਸਿੱਖਾਂ ਨੂੰ, ਆਪਣੀਆਂ ਜਿਹੜੀਆਂ ਵਾਜਬ ਹੱਕੀ ਮੰਗਾਂ ਜਿਹੜੀਆਂ ਮਨਵਾਉਣ ਵਾਸਤੇ ਰੋਸ ਪ੍ਰਦਰਸ਼ਨਾਂ ਅਤੇ ਰੋਸ ਮੁਜ਼ਾਹਰਿਆਂ ਜਾਂ ਰੋਸ ਮਾਰਚਾਂ ਜਾਂ ਭੁੱਖ ਹੜਤਾਲਾਂ ਦਾ ਸਹਾਰਾ ਲੈਣਾ ਪੈਂਦਾ, ਤਾਂ ਇਸ ਤੋਂ ਵੱਧ ਕੇ ਮਾੜੀ ਜਿਹੜੀ ਗੱਲ ਕੀ ਹੋ ਸਕਦੀ ਹੈ। ਮੈਂ ਹੈਰਾਨ ਹਾਂ ਵੀ ਇਹਨਾਂ ਪਰਿਵਾਰਾਂ ਨੂੰ ਅਤੇ ਉੱਥੇ ਜੇਲ੍ਹ ਦੇ ਵਿੱਚ ਬੈਠੇ ਜਿਹੜੇ ਸਾਡੇ ਨੌਜਵਾਨ ਹੈ, ਉਹਨਾਂ ਨੂੰ ਅੱਜ 15 ਦਿਨ ਹੋ ਗਏ ਅਤੇ ਸਰਕਾਰ ਦੇ ਕੰਨਾਂ 'ਤੇ ਜੂ ਨਹੀਂ ਸਕਦੀ ਹੈ। ਅਜੇ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਇਹਨਾਂ ਦਾ ਹਾਲ ਚਾਲ ਪੁੱਛਣ ਵੀ ਨਹੀਂ ਆਇਆ ਵੀ ਤੁਹਾਡੀ ਮੰਗ ਕੀ ਹੈ, ਤੁਸੀਂ ਕਿਉਂ ਬੈਠੇ ਉੱਥੇ। ਜਦਕਿ ਡੈਮੋਕ੍ਰੇਸੀ ਦੇ ਵਿੱਚ ਇਹ ਤਕਾਜ਼ਾ ਹੈ ਕਿ ਜਦੋਂ ਕੋਈ ਬੰਦਾ ਪ੍ਰੋਟੈਸਟ ਕਰਦਾ ਹੈ ਤਾਂ ਗੌਰਮੈਂਟ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਜਾ ਕੇ ਪੁੱਛਣਾ ਕਿ ਭਾਈ ਤੈਨੂੰ ਤਕਲੀਫ ਕੀ ਹੈ, ਦਿੱਕਤ ਕੀ ਹੈ, ਕੀ ਤੇਰੀ ਸਮੱਸਿਆ ਹੈਗੀ ਹੈ, ਜਾਇਜ਼ ਹੈ ਨਜਾਇਜ਼ ਹੈ। ਪਰ ਹੈਰਾਨ ਹੋ ਗਿਆ ਕਿ 10 ਦਿਨ ਹੋ ਗਏ ਅੱਜ ਇਹਨਾਂ ਪਰਿਵਾਰਾਂ ਨੂੰ ਭੁੱਖ ਹੜਤਾਲ 'ਤੇ ਬੈਠੇ ਹਾਂ, ਸਰਕਾਰ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਜਿਹੜਾ ਹੈ ਉਹ ਇਹਨਾਂ ਨਾਲ ਗੱਲਬਾਤ ਕਰਨ ਵਾਸਤੇ ਨਹੀਂ ਆਇਆ। ਮੈਂ ਪਹਿਲਾਂ ਵੀ ਇਹ ਸ਼ਬਦ ਕਹੇ ਹੈ ਕਿ ਜੇ ਇਹਨਾਂ ਪਰਿਵਾਰਾਂ ਨੂੰ ਜਾਂ ਉਹਨਾਂ ਬੱਚਿਆਂ ਨੂੰ ਕੁਛ ਵੀ ਹੁੰਦਾ ਤਾਂ ਉਹਦੀ ਜ਼ਿੰਮੇਵਾਰ ਜਿਹੜੀ ਹੈ ਸਰਕਾਰਾਂ ਹੋਣਗੀਆਂ। ਸਰਕਾਰ ਨੂੰ ਇਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ, ਪਰਿਵਾਰਾਂ ਨਾਲ ਇਹਨਾਂ ਦੀ ਜਿਹੜੀ ਮੰਗ ਵਾਜਬ ਹੈ, ਕੋਈ ਗਲਤ ਮੰਗ ਨਹੀਂ ਹੈ, ਇਹ ਸਿਰਫ ਅਤੇ ਸਿਰਫ ਉਹਨਾਂ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਹੈ। ਅਤੇ ਇਹਦੇ ਵਿੱਚ ਕੋਈ ਦਿੱਕਤ ਵੀ ਨਹੀਂ ਹੈ, ਕੋਈ ਪਰੇਸ਼ਾਨੀ ਨਹੀਂ ਹੈ, ਪੰਜਾਬ ਦੀਆਂ ਜੇਲ੍ਹਾਂ 'ਚੋਂ ਆ ਜਾਣਗੇ ਅਤੇ ਇਹ ਪਰਿਵਾਰਾਂ ਦਾ ਜਿਹੜਾ ਉਹਨਾਂ ਨੂੰ ਮਿਲਣਾ ਜਿਹੜਾ ਥੋੜ੍ਹਾ ਆਸਾਨ ਹੋ ਜਾਏਗਾ। ਡਿਬਰੂਗੜ੍ਹ ਦਾ ਇੱਕ ਚੱਕਰ ਜਿਹੜਾ ਇੱਕ ਪਰਿਵਾਰ ਜੇ ਜਾਂਦਾ ਅਤੇ ਜਾਂ 1 GB ਜੇ ਜਾਂਦਾ ਤਾਂ 40-45 ਹਜ਼ਾਰ ਰੁਪਈਆ ਜਿਹੜਾ ਹੈ ਉਹ ਲੱਗਦਾ। ਬੜੀ ਤਕਲੀਫ ਹੈ, ਬੜੀ ਔਖ ਹੈ। ਅਤੇ ਫਿਰ ਉੱਥੋਂ ਦਾ ਜਿਹੜਾ ਕਲਚਰ ਹੈ, ਉਹ ਜੇਲ੍ਹ ਦਾ ਜਿਹੜਾ ਮਾਹੌਲ ਹੈ, ਉਹ ਸਾਡੇ ਅੰਮ੍ਰਿਤਧਾਰੀ ਨੌਜਵਾਨ ਹੈ ਇਹਨਾਂ ਨੂੰ ਸੂਟ ਨਹੀਂ ਕਰਦਾ ਗਾ। ਇਸ ਲਈ ਅਸੀਂ ਵਾਰ ਵਾਰ ਇਹ ਕਹਿ ਰਹੇ ਹਾਂ ਕਿ ਸਰਕਾਰ ਨੂੰ ਜਿਹੜਾ ਇਹਨਾਂ ਦੇ ਮੰਗਾਂ ਦੇ ਉੱਤੇ ਜਿਹੜਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਹ ਨਹੀਂ ਹੈ ਕਿ ਅਸੀਂ ਅੱਖਾਂ ਬੰਦ ਕਰਕੇ, ਕੰਨ ਬੰਦ ਕਰਕੇ ਬਹਿ ਗਏ ਹਾਂ। ਅਜੇ ਵੀ ਜਿਉਂਦੇ ਨੇ ਸਿੱਖ ਪੰਜਾਬ ਦੇ ਵਿੱਚ, ਸਿੱਖਾਂ ਨੂੰ ਮਰਿਆ ਨਹੀਂ ਸਮਝਣਾ ਚਾਹੀਦਾ, ਸਰਕਾਰ ਨੂੰ ਸੁਣਨਾ ਚਾਹੀਦਾ। ਪਰ ਸਲਵਾਰ ਇਸ ਵੇਲੇ ਬੇਬਸ ਨਜ਼ਰ ਆ ਰਹੇ ਕਿਉਂਕਿ ਕੋਈ ਬਾਹਰ ਨਹੀਂ ਫੜਨ ਤਿਆਰ, ਮਤਲਬ ਸਰਕਾਰ ਬਿਲਕੁਲ ਜਿਹੜੀ ਹੈ ਅਣਦਿੱਖਤਾ ਕਰ ਰਹੀ ਹੈ। ਮੈਂ ਖੁਦ ਹੈਰਾਨ ਹਾਂ ਕਿ ਮੈਂ ਅੱਜ ਦੇਖਿਆ, ਪੁੱਛਿਆ ਪਰਿਵਾਰਾਂ ਨੂੰ, 10 ਦਿਨ ਹੋ ਗਏ ਕੋਈ ਸਰਕਾਰ ਦਾ ਨੁਮਾਇੰਦਾ, ਕੋਈ ਮਤਲਬ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਜਿਹੜਾ ਇਹਨਾਂ ਨਾਲ ਕੋਈ ਗੱਲਬਾਤ ਕਰਨ ਵਾਸਤੇ, ਇਹਨਾਂ ਨੂੰ ਪੁੱਛਣ ਵਾਸਤੇ ਵੀ, ਹਾਲਚਾਲ ਪੁੱਛਣ ਵਾਸਤੇ ਵੀ, ਭਾਈ ਤੁਹਾਡੀ ਭੁੱਖ ਹੜਤਾਲ ਕੀਤੀ ਹੈ, ਤੁਹਾਡੀ ਸਿਹਤ ਦਾ ਕੀ ਹਾਲ ਹੈ, ਜਾਂ ਤੁਹਾਡੀ ਮੰਗ ਕਿਹੜੀ ਕੀ ਹੈ, ਅਸੀਂ ਸਰਕਾਰ ਤੱਕ ਪਹੁੰਚਾਉਂਦੇ, ਕੁਛ ਵੀ ਨਹੀਂ। ਮਤਲਬ ਇੰਨਾ ਇਗਨੋਰ ਜਿਹੜਾ ਪੰਜਾਬ ਦੇ ਅੰਦਰ ਸਿੱਖਾਂ ਨੂੰ ਕੀਤਾ ਜਾ ਰਿਹਾ ਹੈ, ਜੇ ਪੰਜਾਬ ਦੇ ਅੰਦਰ ਸਿੱਖ ਇਗਨੋਰ ਹੈ ਤਾਂ ਭਾਰਤ ਦੇ ਬਾਕੀ ਸੂਬਿਆਂ 'ਚ ਸਿੱਖਾਂ ਨਾਲ ਕੀ ਹੋਇਆ? ਤਰੁਣ ਪਰਿਵਾਰਾਂ ਨੇ ਤੁਹਾਡੇ ਮੁਲਾਕਾਤ ਕੀਤੀ, ਅੱਗੇ ਕੀ ਸੰਘਰਸ਼ੀ ਰੂਪ ਰੇਖਾ ਅਸੀਂ ਤਾਂ ਸਰਕਾਰ 'ਤੇ ਦਬਾਅ ਬਣਾਇਆ ਜਾ ਸਕਦਾ? ਅਸੀਂ ਤਾਂ ਪਰਿਵਾਰ ਨੂੰ ਤਾਂ ਸਿਰਫ, ਅਸੀਂ ਤਾਂ ਅਕਾਲ ਪੁਰਖ ਦੇ ਪਾਣੀ 'ਚ ਰਹਿਣ ਵਾਲੀ ਕੌਮ ਹੈ, ਅਕਾਲ ਪੁਰਖ ਦੇ ਪਾਣੀ 'ਚ ਰਹਿੰਦੇ ਹਾਂ। ਸ੍ਰੀ ਅਕਾਲ ਤਖਤ ਸਾਹਿਬ 'ਤੇ ਵੀ ਇਹ ਅੱਜ ਪਰਿਵਾਰ ਗਏ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਮਿਲੇ ਨੇ, ਅਸੀਂ ਵੀ ਉਹਨਾਂ ਨਾਲ ਗੱਲ ਕਰਾਂਗੇ। ਕੋਈ ਨਾ ਕੋਈ ਚੀਜ਼ ਐਸੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਸਰਕਾਰ ਦੇ ਕੰਨਾਂ ਤੱਕ ਜਿਹੜੀ ਆ ਆਵਾਜ਼ ਜਿਹੜੀ ਆ ਪਹੁੰਚੀ। ਚੰਡੀਗੜ੍ਹ ਮਿਲ ਲੱਗਿਆ? ਹਾਂ, ਮੈਨੂੰ ਪਤਾ ਲੱਗਿਆ ਕੀ ਗੱਲਬਾਤ ਹੋਈ ਹੈ, ਉਹਦੇ ਬਾਰੇ ਜਾਣਕਾਰੀ ਬਾਅਦ ਮਿਲੀ। ਮੈਨੂੰ ਸਭ ਲੱਗਦਾ ਨਾ ਕਿ ਧਾਰਮਿਕ ਲੀਡਰਸ਼ਿਪ ਜਿਹੜੀ ਹੈ ਉਹ ਇਸ ਮਾਮਲੇ 'ਚ, ਖਾਸ ਕਰ ਬੰਦੀ ਸਿੱਖਾਂ ਦੇ ਮਾਮਲੇ 'ਚ ਪਛੜ ਗਈ ਹੈ। ਬਿਲਕੁਲ, ਇਹ ਨਾ ਕਿਤੇ ਨਾ ਕਿਤੇ ਅਸੀਂ ਬਹੁਤ ਲੰਬੇ ਸਮੇਂ ਤੋਂ ਕਹਿ ਰਹੇ ਹਾਂ, ਸਾਡੀਆਂ ਸੰਸਥਾਵਾਂ ਦੀ ਕ੍ਰੈਡੀਬਿਲਟੀ ਜਿਹੜੀ ਹੈ ਇਹ ਬਰਕਰਾਰ ਰਹਿਣੀ ਚਾਹੀਦੀ ਹੈ, ਇਹਨੂੰ ਡਾਊਨ ਨਹੀਂ ਕੀਤਾ ਜਾਣਾ ਚਾਹੀਦਾ। ਸਾਡੀਆਂ ਸੰਸਥਾਵਾਂ ਦੀ ਕ੍ਰੈਡੀਬਿਲਟੀ ਖਾਸ ਤੌਰ ਦੇ ਉੱਤੇ 84 ਤੋਂ ਬਾਅਦ ਬਹੁਤ ਜ਼ਿਆਦਾ ਜਿਹੜੀ ਹੈ ਘਟਾਉਣੀ ਸ਼ੁਰੂ ਹੋਈ ਹੈ। ਫਿਰ 90 ਦੇ ਦਹਾਕੇ ਤੋਂ ਬਾਅਦ ਫਿਰ ਬੜਾ ਜ਼ੋਰ ਚੱਲਿਆ ਸਾਡੀ ਸੰਸਥਾਵਾਂ ਦੀ ਕ੍ਰੈਡੀਬਿਲਟੀ ਨੂੰ ਘਟਾਉਣ ਦਾ,
ਤੇ ਜਦੋਂ ਦਾ ਸੋਸ਼ਲ ਮੀਡੀਆ ਆ ਉਦੋਂ ਤਾਂ ਇੱਕ ਹਨੇਰੀ ਜਿਹੜੀ ਆ ਵਗਤੁਰੀ ਆ ਸਾਡੀ ਸੰਸਥਾਵਾਂ ਦੀ ਜਾਂ ਸਾਡੀਆਂ ਸੰਸਥਾਵਾਂ ਦੇ ਉੱਤੇ ਬੈਠੇ ਬੰਦਿਆਂ ਦੀ ਕ੍ਰੈਡੀਬਿਲਟੀ ਨੂੰ ਜਿਹੜਾ ਉਹ ਥੱਲੇ ਸੁੱਟਣ ਦੀ ਬਹੁਤ ਵੱਡਾ ਨੁਕਸਾਨ ਪਹੁੰਚਿਆ ਉਹਦੇ ਉਹੀ ਇਹੀ ਕਾਰਨ ਹੈ ਕਿ ਸਰਕਾਰਾਂ ਸਾਡੀਆਂ ਸੰਸਥਾਵਾਂ ਨੂੰ ਇਗਨੋਰ ਕਰ ਮਾਰ ਰਹੀਆਂ। ਖਾਸ ਵਰਤਾਰਾ ਪੰਜਾਬ ਲਈ, ਇੱਕ ਪਾਸੇ ਕਿਸਾਨਾਂ ਨੂੰ ਦਿੱਲੀ ਪਹੁੰਚੋ ਤੋਂ ਰੋਕ ਲਈ ਕੰਕਰੀਟ ਦੀ ਦੁਬਾਰਾ ਬਣਾ ਦਿੱਤੀਆਂ ਗਈਆਂ। ਇਹ ਜੀ ਜਹਿਦਰ ਸਾਹਿਬ ਹੁਣਾਂ ਨੇ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ, ਪਰ ਇੱਕ ਗੱਲ ਰਹਿ ਗਈ ਹੈ ਕਿ ਸਾਨੂੰ ਇੱਕ ਸਾਲ ਤੋਂ ਅਸੀਂ ਲੜਾਈ ਲੜ ਰਹੇ ਹਾਂ, ਉਦੋਂ ਤੋਂ ਸਾਨੂੰ ਇਹੋ ਜਿਹਾ ਇੱਕ ਮਹਿਸੂਸ ਨਹੀਂ ਸੀ ਹੋ ਰਿਹਾ। ਅੱਜ ਜਦੋਂ ਤੋਂ ਉਹਨਾਂ ਨੇ ਕੈਮਰੇ ਲਾਉਣ ਦਾ ਕੋਈ ਇਹੋ ਜਿਹੀ ਸਾਜ਼ਿਸ਼ਾਂ ਘੜੀਆਂ, ਉਦੋਂ ਤੋਂ ਸਾਨੂੰ ਇਹ ਵੀ ਇੱਕ ਦੋ ਮਹੀਨੇ ਦੀ ਗੱਲ ਅਸੀਂ ਹੋਰ ਵੀ ਭੁਗਤ ਲੈਂਦੇ, ਪਰ ਇਹ ਜਿਹੜਾ ਇਹ ਮਾਮਲਾ ਕੀ ਸਾਜ਼ਿਸ਼ ਆ ਕੀ ਹੈ, ਉਹ ਤੋਂ ਸਾਨੂੰ ਡਰ ਲੱਗਦਾ ਕਿ ਸ਼ਾਇਦ ਉਹਨਾਂ ਦੀ ਜਾਨ ਨੂੰ ਕੁਛ ਐਸੀ ਜਿਹੀ ਪ੍ਰੋਬਲਮ ਹੋ ਸਕਦੀ ਹੈ ਜੋ ਇਹ ਪਾਸੇ ਨੂੰ ਗੇਮ ਜਾ ਰਹੀ ਹੈ। ਅਤੇ ਇਸ ਕਰਕੇ ਜਹਿਦਾਰ ਸਾਹਿਬ ਨੂੰ ਨਾ, ਬਾਕੀ ਤਾਂ ਸਾਰਾ ਕੁਛ ਤੁਹਾਨੂੰ ਦੱਸਤਾ। ਇਹ ਚੀਜ਼ ਹੈ ਕਿ ਅਸੀਂ ਤਾਂ ਸੋਚਦੇ ਹਾਂ ਕਿ ਸਰਕਾਰ ਤੋਂ ਤਾਂ ਪਹਿਲਾਂ ਹੀ ਲੱਗਦਾ ਸੀ ਕਿ ਭਾਰਤ ਸਰਕਾਰ ਜਿਹੜੀ ਸਿੱਖਾਂ ਨਾਲ ਕਿਹੋ ਜਿਹਾ ਸਲੂਕ ਕਰ ਰਹੀ, ਉਹ ਤਾਂ ਚੱਲ ਹੀ ਰਿਹਾ ਸੀ, ਚਲੋ ਪੰਜਾਬ ਸਰਕਾਰ ਵੀ ਉਹਦੇ ਨਾਲ ਮਿਲ ਗਈ, ਪਰ ਸਾਡੀਆਂ ਧਾਰਮਿਕ ਸੰਸਥਾਵਾਂ ਜਾਂ ਸਿੱਖ ਸੰਸਥਾਵਾਂ ਜਾਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਸਿੱਖ ਆਪਣੇ ਆਪ ਨੂੰ ਪੰਥਕ ਲੀਡਰ ਕਹਿੰਦੇ ਆ, ਪਤਾ ਨਹੀਂ ਵੀ ਉਹ ਵੀ ਇੱਕਦਮ ਖਤਮ ਹੀ ਹੋ ਚੁੱਕੇ ਆ। ਉਹਨਾਂ ਨੇ ਇਹ ਹਾਲਾਤ 'ਚ ਪੰਥ ਨੂੰ ਛੱਡ ਦਿੱਤਾ ਕਿ ਉਹਨਾਂ ਦੀਆਂ ਬੇਟੀਆਂ ਧੀਆਂ ਭੈਣਾਂ ਉੱਥੇ ਰੋਡਾਂ 'ਤੇ ਰੁੜਦੀਆਂ ਰਹਿਣ, ਉਹਨਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ। ਅਤੇ ਇਹ ਚੀਜ਼ ਹੈ ਕਿ ਕੋਈ ਨਹੀਂ, ਅਸੀਂ ਤਾਂ ਆਪਣੀ ਕੁਰਬਾਨੀ ਦੇ ਦਾਂਗੇ, ਪਰ ਸਾਨੂੰ ਇਹ ਚੀਜ਼ ਦਾ ਦੁੱਖ ਆ ਕਿ ਸਾਡੀਆਂ ਜਿਹੜੀਆਂ ਐਡੀ ਵੱਡੀ ਸਰਮੌਰ ਸੰਸਥਾ ਅਕਾਲ ਤਖਤ ਆ, ਸ਼੍ਰੋਮਣੀ ਕਮੇਟੀ ਆ, ਜਾਂ ਸਾਡਾ ਅਕਾਲੀ ਦਲ ਸੀਗਾ, ਜਾਂ ਇਹ ਕਿੱਥੇ ਚਲੇ ਗਏ? ਇਹਨਾਂ ਨੇ ਆਪਣੇ ਆਪ ਦੀ ਇਹਨਾਂ ਦੀ ਵਿਸ਼ਵਾਸਯੋਗਤਾ ਜਿਹੜੀ ਉਹ ਦਿਨੋਂ ਦਿਨ ਖਤਮ ਹੋ ਰਹੀ। ਅਤੇ ਫਿਰ ਜੇ ਕੱਲ੍ਹ ਨੂੰ ਕੋਈ ਭਾਣਾ ਵਰ ਪੈ ਗਿਆ, ਕੋਈ ਨਹੀਂ, ਬੰਦੇ ਨੇ ਮਰਨਾ ਤਾਂ ਇੱਕ ਦਿਨ ਹੁੰਦਾ ਹੀ ਹੈ, ਪਰ ਇਹ ਚੀਜ਼ ਹੈ ਕਿ ਫਿਰ ਇਹ ਕਾਹਦੇ ਵਾਸਤੇ ਬੈਠੇ, ਐਡੇ ਐਡੇ ਵੱਡੀਆਂ ਕੁਰਸੀਆਂ 'ਤੇ ਜਿਹੜੇ ਬੈਠੇ ਸਾਡੇ ਆਗੂ, ਉਹਨਾਂ ਦੀ ਕੀ ਜਵਾਬਦਾਰੀ ਹੈ ਕੌਮ ਪ੍ਰਤੀ? ਸਰਕਾਰ 'ਤੇ ਦਬਾਅ ਬਣਾਉਣ 'ਚ ਕਾਮਯਾਬ ਨਹੀਂ ਹੋ ਪਾਏ, ਨਹੀਂ ਸਰਕਾਰ 'ਤੇ ਬਣਾਉਣ 'ਚ ਜਾਂ ਕਿਸ ਵੀ, ਪਰ ਸਾਨੂੰ ਤਾਂ ਇਸ ਚੀਜ਼ ਦਾ ਦੁੱਖ ਆ, ਪੰਥਕ ਪਾਰਟੀਆਂ ਜਾਂ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਪੰਥਕ ਕਹਿੰਦੇ ਆ, ਕੋਈ ਵੀ ਕਿਸੇ ਪਾਰਟੀ 'ਚ ਵੀ ਹੋਣ, ਉਹ ਕੋਈ ਜਿੱਦਾਂ ਕੋਈ ਕਿਸੇ ਨੂੰ ਮਾਰ ਦੇ, ਕਿਸੇ ਨੂੰ ਰੱਖ ਲਏ, ਕੋਈ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ। ਹੁਣ ਉੱਥੇ ਹਰਿਆਣਾ ਬਾਰਡਰ 'ਤੇ ਕੋਈ ਕਿਸਾਨਾਂ ਨਾਲ ਇਹੋ ਜਿਹੀ ਗੋਲੀਬਾਰੀ ਹੋਈ, ਕੁਛ ਸਾਡੇ ਕੋਈ ਪੋਲੀਟੀਕਲ ਲੀਡਰ ਜਾ ਕੇ ਉੱਥੇ ਕੋਈ ਖੜੇ ਨਹੀਂ ਹੋਏ, ਮਗਰੋਂ ਜਾ ਕੇ ਜਦੋਂ ਕੋਈ ਮਰ ਜਾਂਦਾ ਉਦੋਂ ਜਾ ਕੇ ਉਹ ਸਾਰੇ ਜਣੇ ਉਹਦੇ ਭੋਗ 'ਤੇ ਜਾਣ ਵਾਸਤੇ ਜਾਂ ਉਹਦੇ ਸ਼ਾਮਿਲ ਹੋ ਰਹੇ ਹੈ, ਕੀ ਲੱਗਦਾ ਉਹ ਸਿਰਫ ਸਿਆਸੀ ਸ਼ੋਹਰਤ ਵਾਸਤੇ ਪਹੁੰਚ ਰਹੇ, ਆਪਣੀ ਫੋਟੋ ਖਿਚਾਉਣ ਪਹੁੰਚ ਰਹੇ? ਅਸੀਂ ਤਾਂ ਕਹਿੰਦੇ ਸਾਡੇ ਕੋਲ ਨਾ ਵੀ ਪਹੁੰਚੋ ਕੋਈ ਗੱਲ ਨਹੀਂ, ਪਰ ਤੁਸੀਂ ਜਿੱਥੇ ਤੁਹਾਡਾ ਕੋਈ ਕੰਮ ਕਰਨ ਦਾ ਫਰਜ਼ ਬਣਦਾ ਉੱਥੇ ਜਾ ਕੇ ਕਰੋ। ਇੱਕ ਥੋੜ੍ਹਾ ਕੌੜਾ ਹੋ ਸਕਦਾ, ਲੇਕਿਨ ਮੇਰੀ ਭਾਵਨਾ ਨੂੰ ਸਮਝਣਾ ਕਿ ਫੇਸਬੁੱਕ ਵਾਲਾ ਪੰਥ ਨਜ਼ਰ ਨਹੀਂ ਆਇਆ ਇੱਥੇ, ਜਦੋਂ ਕਿ ਫੇਸਬੁੱਕ ਦੇ ਉੱਤੇ ਹਜ਼ਾਰਾਂ ਲੋਕ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਕੋਲ ਆਉਂਦੇ ਸੀ, ਲੇਕਿਨ ਧਰਨੇ ਦੇ ਵਿੱਚ ਗਿਣਤੀ ਦੇ ਲੋਕ ਹੀ ਸ਼ਾਮਿਲ। ਇਹਦੇ 'ਚ ਕੀ ਹੋਰ ਵੀ ਬਹੁਤ ਕਾਰਨ ਹੈ ਜੀ, ਫੇਸਬੁੱਕ ਦੀ ਇਕੱਲੀ ਫੇਸਬੁੱਕ 'ਤੇ ਚਲੋ ਹੋ ਸਕਦਾ ਥੋੜ੍ਹਾ 10-20% ਦਾ ਫਰਕ ਹੋਵੇ, ਉਹਦੇ 'ਚ ਕੀ ਆ ਪ੍ਰਸ਼ਾਸਨ ਦਾ ਇਹੋ ਦਬਾਅ ਆ, ਹਰੇਕ ਜਿਹੜਾ ਬੰਦਾ ਇੱਧਰ ਨੂੰ ਕੁਛ ਤੁਰ ਰਿਹਾ ਤਿਰ ਤੇ ਪਰਚਾ ਕਰ ਦਾਂਗੇ, ਉਹਨੂੰ ਡਰਾਇਆ ਜਾ ਰਿਹਾ, ਪਹੁੰਚਣ ਤੋਂ ਰੋਕਿਆ ਜਾ ਰਿਹਾ, ਪਿੰਡਾਂ ਜਾ ਕੇ ਜੇ ਕੋਈ ਅਨਾਊਂਸਮੈਂਟ ਕਰਦਾ ਤਾਂ ਉਹ ਗ੍ਰੰਥੀ ਨੂੰ ਧਮਕੀ ਦਿੱਤੀ ਜਾਂਦੀ ਹੈ, ਪਿੰਡ ਦੀਆਂ ਪੰਚਾਇਤਾਂ ਨੂੰ ਡਰਾਇਆ ਜਾ ਰਿਹਾ ਵੀ ਜੇ ਤੁਹਾਡੇ ਪਿੰਡ ਤੋਂ ਕੋਈ ਬੰਦਾ ਜਾਊਗਾ ਅਸੀਂ ਤੁਹਾਡੇ ਨਾਲ ਐਂ ਕਰਾਂਗੇ ਜੇ ਕਰਾਂਗੇ, ਇਹੋ ਜਿਹੀਆਂ ਚੀਜ਼ਾਂ ਸਾਨੂੰ ਪਤਾ ਵੀ ਲੋਕ ਸਾਡੇ ਨਾਲ ਆ, ਲੇਕਿਨ ਠੀਕ ਹੈ ਪਹੁੰਚਦੇ ਨਹੀਂ ਪਹੁੰਚਦੇ, ਉਹ ਕੋਈ ਬੰਦਾ ਹਰਿਆਣੇ 'ਚੋਂ ਆ ਰਿਹਾ, ਯੂਪੀ 'ਚੋਂ ਆ ਰਿਹਾ, ਰਾਜਸਥਾਨ 'ਚੋਂ ਆ ਰਿਹਾ, ਜੰਮੂ ਤੋਂ ਆ ਰਿਹਾ, ਪੰਜਾਬ ਦੇ ਦੂਰ ਬਠਿੰਡੇ ਤੋਂ, ਮਾਨਸਾ ਤੋਂ, ਉੱਧਰੋਂ ਸਭ ਤੱਕ ਤੋਂ ਆ ਰਹੇ, ਹੁਣ ਏਡੀ ਦੂਰ ਤੋਂ ਇੱਕ ਨੋਰਮਲ ਬੰਦੇ ਵਾਸਤੇ ਆਉਣਾ ਵੀ ਇੰਨਾ ਖਰਚਾ ਕਰਕੇ ਆਪਣੇ ਲੈਵਲ 'ਤੇ ਔਖੀ ਗੱਲ ਹੈ, ਫਿਰ ਵੀ ਅਸੀਂ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਇੰਨੀਆਂ ਮੁਸ਼ਕਲਾਂ ਪਾਰ ਕਰਕੇ ਵੀ ਸਾਡੇ ਕੋਲ ਆ ਰਹੇ ਆ।
ਤੇ ਅਸੀਂ ਇਹ ਨਹੀਂ ਵੀ ਲੋਕ ਸਾਡੇ ਨਾਲ ਨਹੀਂ, ਨਾਲ ਤਾਂ ਹੈ, ਪਰ ਇਹ ਚੀਜ਼ ਹੈ ਕਿ ਸਾਰਿਆਂ ਦੀ ਹੁਣ ਕੋਈ ਲੀਡਰ ਜਿੰਨਾ ਚਿਰ ਕੋਈ ਲੀਡ ਕਰਨ ਵਾਲਾ ਬੰਦਾ ਨਹੀਂ ਉਹਦੇ ਵਾਸਤੇ ਹੋ ਗਿਆ। ਹਾਂਜੀ ਦੀ ਜੇਲ੍ਹ ਚੋਂ ਤਾਂ ਉਹੀ ਹੈ, ਤਿੰਨ ਜਣੇ ਤੇ ਕਾਫੀ ਥੋੜੇ ਗੰਭੀਰ ਹੈ ਉਹਨਾਂ ਦੀ ਹਾਲਤ, ਤੇ ਪਰ ਇਹਨਾਂ ਕਿ ਮਾਨਸਿਕ ਤੌਰ ਤੇ ਉਹ ਚੜ੍ਹਦੀ ਕਲਾ ਚ। ਚਿੰਤਾ ਦਾ ਵਿਸ਼ਾ ਤਾਂ ਹੈ ਹੀ, ਹੁਣ ਅਸੀਂ ਤੇ ਆਪਣਾ ਸਾਰਾ ਕੁਛ ਗੁਰੂ ਤੇ ਛੱਡਿਆ, ਕੋਈ ਨਹੀਂ ਅਸੀਂ ਤਿਆਰ ਹਾਂ, ਜੋ ਵੀ ਵਾਪਰਨ ਹੋਊਗਾ ਅਸੀਂ ਉਹਨੂੰ ਸਹਿਣ ਕਰਾਂਗੇ। ਪਰ ਸਰਕਾਰ ਵੱਲੋਂ ਕੋਈ ਪਹਿਲ ਕਦਮੀ ਨਹੀਂ, ਕੋਈ ਅਜੇ ਤੱਕ ਤਾਂ ਕੋਈ ਨਹੀਂ, ਉਹ 25 ਤਰੀਕ ਤੋਂ ਬਾਅਦ ਚ ਕੋਈ ਇਹੋ ਜਿਹਾ ਕੋਈ ਰਿਸਪੋਂਸ ਨਹੀਂ। ਅੱਗੇ ਫਿਰ ਅੱਗੇ ਸਾਡੀ ਕੋਈ ਰਣਨੀਤੀ ਨਹੀਂ, ਉਹ ਦੂਜੀਆਂ ਪਾਰਟੀਆਂ ਕੋਈ ਆਪਣੇ ਲੈਵਲ ਤੇ ਕੁਛ ਕਰ ਰਹੀਆਂ, ਤੇ ਅਸੀਂ ਕਹਿੰਦੇ ਕਿ ਜੋ ਵੀ ਉਹਨਾਂ ਵਾਸਤੇ ਕਰ ਰਹੇ ਉਹਨਾਂ ਦੀ ਸਪੋਰਟ ਕੀਤੀ ਜਾਣੀ ਚਾਹੀਦੀ ਹੈ, ਜੋ ਭਾਈ ਸਾਹਿਬ ਦੇ ਇਹਨਾਂ ਦੇ ਪਰਿਵਾਰਾਂ ਦੇ ਵਾਸਤੇ ਲੜ ਰਿਹਾ, ਉਹ ਕੋਈ ਵੀ ਕੋਈ ਐਕਸ਼ਨ ਕਰ ਰਿਹਾ, ਕੀ ਕਰ ਰਿਹਾ, ਜੋ ਵੀ ਫੈਸਲਾ ਲੈ ਰਿਹਾ, ਕੋਈ ਰੋਸ ਮਾਰਚ ਕਰ ਰਿਹਾ, ਕੋਈ ਜੋ ਵੀ ਸਾਰੇ ਇਕਜੁੱਟ ਹੋ ਕੇ ਕਰਨ ਤੇ ਲੱਗਦਾ ਕਿ ਕਾਮਯਾਬੀ ਹਾਸਲ ਹੋ ਸਕਦੀ ਹੈ। ਤੇ ਉਹ ਤੇ ਚੀਜ਼ ਹੈ ਕਿ ਕੋਈ ਵੀ ਜੇ ਸਾਰੇ ਇਕਜੁੱਟ ਹੋ ਜਾਣ ਤੇ ਫਿਰ ਤਾਂ ਕੋਈ ਕਾਮਯਾਬੀ ਕੋਈ ਵੀ ਦੂਰ ਨਹੀਂ। ਜਿਹੜੇ ਪੁਰਾਣੇ ਬੰਦੀ ਸਿੰਘ ਇੰਨੇ ਚਿਰ ਦੇ ਬੈਠੇ ਜੀ, ਉਦੋਂ ਵੀ ਅਸੀਂ ਇਕੱਠੇ ਹੋ ਕੇ ਲੜਦੇ ਤੇ ਤਾਂ ਵੀ ਕਾਮਯਾਬੀ ਤਾਂ ਹੈਗੀ, ਕਾਮਯਾਬੀ ਤੇ ਸਾਡੀ ਸਾਨੂੰ ਪਾੜ ਰਹੇ ਅਲੱਗ ਅਲੱਗ ਕੀਤਾ ਜਾ ਰਿਹਾ। ਹੁਣ ਇਹ 10% ਬੈਠੇ ਆ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ, ਇਹੋ ਮਨਸ਼ਾ ਹੋਣੀ ਵੀ ਇਹਨਾਂ ਦਹਾਂ ਨੂੰ ਨਾ ਖੇਡੋ, ਉਹ ਮਸਲਾ ਹੱਲ ਕਰਨ ਵਾਲੇ ਪਾਸੇ ਨਹੀਂ ਤੁਰ ਰਿਹਾ।